ਸਾਹਮਣੇ ਮੇਰੇ ਅਲ ਪਿਆਰ ਤੇ ਸਿਸ਼ਨਾ ਕਲ ਮੇਰਾ ਨਾਮ ਹੈ ਮਾਦਿਕ ਅਤੇ ਮੇਰੇ ਅੱਜ ਬੋਲਣ ਦੀ ਕਵਿਤਾ ਹੈ ਬਾਲ ਬੋਲੀਆਂ। ਤੜਕੇ ਉੱਠ ਨੂੰ ਚੇਤਨ ਕਰਦਾ ਨੀ ਦਿਨ ਪਾਏ ਕੇਰੀ ਚੜਿਆ ਸੂਰਜ ਚਮਕੀਆਂ ਕਿਰਨਾਂ ਰੌਣਕ ਚਾਰ ਸਫੇਰੇ ਮੰਮੀ ਮੈਨੂੰ ਮਾਰੇ ਬਾਚਾਂ ਉੱਠ ਲਾਡਲੇ ਮੇਰੇ ਕੰਟੀ ਸਕੂਲ ਦੀ ਵੱਜੀ ਸਾਥੀ ਡੀਕਨ ਤੇਰੇ ਸੁਣ ਮੇਰਾ ਨਿਆ ਸੁਣ ਮੇ ਇਹਦੀ ਅੱਜ ਸਿਨੂੰ ਬੁਲਵਾਈਏ ਅਦੀ ਛੁੱਟੀ ਦਾ ਸਮਾਂ ਹੋ ਗਿਆ ਇਕੱਠਿਆਂ ਖਾਣਾ ਖਾਈਏ ਖਾਣਾ ਖਾਂਦੇ ਗੱਲ ਨਾ ਕਰੀਏ ਜੂਠਾ ਨਾ ਬਚਾਈਏ ਪਹਿਲਾਂ ਹੱਥ ਧੋਈਏ ਫਿਰ ਪੰਗਤਾਂ ਲਾਈਏ ਸੁਣ ਵੀ ਦਿੱਪਿਆ ਚੌਥੀ ਪੜਦਿਆਂ ਇਹ ਗੱਲ ਤੇਰੀ ਮਾੜੀ ਕਰੀ ਜਾ ਕੇ ਤੂੰ ਰਤਾਂ ਨੀ ਪੜਦਾ ਚੱਲੇ ਟੀਵੀ ਸਿਆਰੀ ਦਿਹਾੜੀ ਮੋਬਾਈਲ ਉੱਤੇ ਗੇਮਾਂ ਖੇਡਣ ਦੀ ਆਦਤ ਤੇਰੀ ਨੀ ਹਟਦੀ ਫਿਰ ਪਛਤਾਵੇਗਾ ਜਦੋਂ ਨਿਗਾਹ ਅੱਖਾਂ ਦੀ ਘੱਟ ਗਈ ਪਾਲੀ ਕਹਿੰਦੀ ਸੁਣੀ ਲੱਭੀਏ ਸੱਚੀ ਆਖ ਸੁਣਾਈਏ ਚਾਹ ਥੋੜੀ ਦੁੱਧ ਬਹੁਤਾ ਪੀਏ ਕਰਦੀ ਰੋਟੀ ਖਾਈ ਦਾਦੀ ਮਾਂ ਨੇ ਖੀਰ ਬਣਾਈ ਬਾਟੇ ਪਰ ਖਾਈਏ ਬਰਗਰ ਪੀਜਿਆ ਰਤਾ ਨੇੜੇ ਨਾ ਜਾਈਏ ਪੰਜ ਦਿਨ ਕਰੀਏ ਖੂਬ ਪੜਾਈ ਸ਼ਨੀਵਾਰ ਦਾ ਦਿਨ ਆਇਆ ਸਾਰੇ ਬੱਚਿਆਂ ਇਕੱਠਿਆਂ ਹੋ ਕੇ ਇੱਕ ਥਾਂ ਮਜਮਾ ਲਾਇਆ ਗੀਤ ਚੁਟਕਲੇ ਖੂਬ ਸੁਣਾਏ ਗਿੱਧਾ ਭੰਗੜਾ ਪਾਇਆ ਉਪਛਤਾਊਗਾ ਜੋ ਅੱਜ ਸਕੂਲ ਆਇਆ ਸਾਨੂੰ ਇਹ ਕਵਿਤਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਬਰਗਰ ਪੀਜ਼ਾ ਕਦੇ ਕਦੇ ਨਹੀਂ ਖਾਣਾ ਚਾਹੀਦਾ ਜੇਕਰ ਖਾਵਾਂਗੇ ਤਾਂ ਅਸੀਂ ਬਿਮਾਰ ਹੋ ਸਕਦੇ ਹਾਂ ਅਤੇ ਸਾਨੂੰ ਮੋਬਾਈਲ ਉੱਤੇ ਗੇਮਾਂ ਅਤੇ ਟੀਵੀ ਜ਼ਿਆਦਾ ਨਹੀਂ ਦੇਖਣਾ ਚਾਹੀਦਾ ਜੇਕਰ ਦੇਖਾਂਗੇ ਤਾਂ ਸਾਡੀ ਅੱਖਾਂ ਦੀ ਨਿਗਾਹ ਘੱਟ ਜਾਵੇਗੀ ਧੰਨਵਾਦ।